ਹਾਏ ਮੀਨੂ ਹਾਂਜੀ ਹਾਂਜੀ ਕੀ ਹਾਲ ਹੈ ਮੈਂ ਕਿਹਾ ਤੁਸੀਂ ਇਕੱਲੇ ਇਕੱਲੇ ਕਾਫੀ ਨਹੀਂ ਪੀ ਸਕਦੇ ਮੈਂ ਵੀ ਤੁਹਾਡੇ ਨਾਲ ਕਾਫੀ ਪੀਣੀ ਅੱਜ ਬਹੁਤ ਵਧੀਆ ਕੀਤਾ ਜੀ ਜ਼ਰੂਰ ਜ਼ਰੂਰ ਪੀਓ ਕਿਵੇਂ ਹੋ ਆਲ ਵੈਲ ਜੀ ਤੁਸੀਂ ਸੁਣਾਓ ਕਿਦਾਂ ਠੀਕ ਹੋ ਮੈਂ ਬਹੁਤ ਵਧੀਆ ਤੇ ਮੈਂ ਤੁਹਾਡੇ ਲਈ ਇੱਕ ਛੋਟੀ ਚੀਜ਼ ਲੈ ਕੇ ਆਈ ਹਾਂ ਵਾਓ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸਾਰੇ ਪਾਸੇ ਬਿਨੂ ਢਿਲੋਂ ਬਿਨੂ ਢਿਲੋਂ ਹੋਈ ਪਈ ਹੈ ਜਾਣ ਕੇ ਕਰਾਈ ਹੋਈ ਹੈ ਕਿਵੇਂ ਦੀ ਫੀਲ ਆ ਬਹੁਤ ਵਧੀਆ ਲੱਗਦਾ ਜੀ ਸਭ ਤੁਹਾਡੇ ਕਰਕੇ ਤੁਸੀਂ ਸਾਰੇ ਜਣੇ ਇੰਨਾ ਪਿਆਰ ਕਰਦੇ ਹੋ ਸਤਿਕਾਰ ਕਰਦੇ ਹੋ ਥੈਂਕ ਯੂ ਸੋ ਮੱਚ ਗੋਡ ਬlesਸ ਯੂ ਓਕੇ ਬਾਈ ਦ ਵੇ ਇੱਕ ਤਾਂ ਅੱਜ ਕਨਫਰਮ ਕਰ ਹੀ ਦਿਓ ਤੁਹਾਡਾ ਰੀਅਲ ਨੇਮ ਬਿਨੂ ਹੀ ਹੈ ਜਾਂ ਪਾਸਪੋਰਟ ਤੇ ਕੁਝ ਹੋਰ ਹੈ ਕਰ ਪਾਸਪੋਰਟ ਤੇ ਮੇਰਾ ਨਾਮ ਹੈ ਜੀ ਬ੍ਰਿੰਦਰ ਸਿੰਘ ਬੀ ਲਾਈਕ ਬੋਏ ਬੀ ਏ ਆਰ ਆਈ ਐਨ ਡੀ ਆਰ ਬੱਬੇ ਨੂੰ ਸਿਆਰ ਬੱਬਾ ਰਾਰੇ ਸਿਆਰੀ ਉੱਤੇ ਟਿੱਪੀ ਦਦਾਰਾ ਬ੍ਰਿੰਦਰ ਸਿੰਘ ਐਸੇ ਮੈਨੂੰ ਤਾਂ ਪਤਾ ਸੀ ਪਰ ਚਲੋ ਹੁਣ ਸਾਰਿਆਂ ਨੂੰ ਪਤਾ ਚਲੋ ਸ਼ੁਕਰ ਮੈਂ ਵੀ ਬਸ ਇਹੀ ਕਨਫਰਮ ਕਰਨਾ ਸੀ ਵੀ ਤੁਹਾਨੂੰ ਤਾਂ ਪਤਾ ਨਾ ਹਾਂਜੀ ਮੈਨੂੰ ਤਾਂ ਪਤਾ ਹੈ ਬਸ ਠੀਕ ਹੈ ਫਿਰ ਗੱਲ ਖਤਮ ਹੋ ਗਈ ਯੈਸ ਹੋਰ ਕਿਸੇ ਨੂੰ ਦੱਸਣ ਦੀ ਕੀ ਲੋੜ ਹੈ ਹਾਂਜੀ ਨਹੀਂ ਵੈਸੇ ਤੁਹਾਡੇ ਫੈਨਸ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਨਾ ਥੈਂਕ ਯੂ ਸਰ ਯੈਸ ਬਿਨੂ ਨਿਕਨੇਮ ਸੀ ਤੇ ਤੁਸੀਂ ਸਟੇਜ ਤੇ ਆਹੀ ਨੇਮ ਸਟਾਰਟ ਕਰਤਾ ਹਾਂਜੀ ਨਿਕਨੇਮ ਸੀਗਾ ਜੀ ਇਹ ਪੇਰੈਂਟਸ ਵੱਲੋਂ ਰੱਖਿਆ ਹੋਇਆ ਨਾਮ ਸੀਗਾ ਮੇਰਾ ਤੇ ਫਿਰ ਸਾਰੇ ਬਿਨੂ ਦੇ ਨਾਮ ਨਾਲ ਹੀ ਜਾਣਦੇ ਸੀਗੇ ਜੀ ਫਿਰ ਜਿਹੜੇ ਨਾਂ ਨਾਲ ਸਾਰੇ ਜਾਣਦੇ ਆ ਉਹ ਜ਼ਰੂਰੀ ਹੈ ਜੀ ਚਲੋ ਵਾਕਫ ਹੋ ਜਾਂਦੇ ਜਿੰਨੇ ਵੀ ਆਂਢ ਗੁਆਂਢ ਰਿਸ਼ਤੇਦਾਰ ਫਿਰ ਸਾਰੇ ਤੁਸੀਂ ਜਾਣਨ ਲੱਗੇ ਵੀ ਹਾਂ ਬਿਨੂ ਓਕੇ ਮੈਨੂੰ ਵੈਸੇ ਤਾਂ ਤੁਹਾਨੂੰ ਹਮੇਸ਼ਾ ਕਾਮੇਡੀ ਰੋਲਸ ਜਾਂ ਫਿਰ ਹੱਸਦੇ ਖੇਡਦੇ ਦੇਖਿਆ ਹੈ ਅਸੀਂ ਸਾਰਿਆਂ ਨੇ ਰੀਅਲ ਲਾਈਫ ਵਿੱਚ ਬਿਨੂ ਆਪਣੀ ਫੈਮਿਲੀ ਤੇ ਫਰੈਂਡਸ ਨਾਲ ਕਿਵੇਂ ਦਾ ਹੈ ਪੂਰਾ ਖੁਸ਼ ਰਹਿਣਾ ਜੀ ਰੋਜ਼ਮਰਾ ਦੀ ਜ਼ਿੰਦਗੀ 'ਚ ਐਕਚੁਲੀ ਮੇਰਾ ਫਲਸਫਾ ਇਹ ਹੈ ਵੀ ਕਿਸੇ ਵੀ ਹਾਲਾਤਾਂ ਦੇ ਵਿੱਚ ਤੁਸੀਂ ਖੁਸ਼ ਰਹੋ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਇਨਸਾਨ ਨੂੰ ਤੇ ਮੈਂ ਕੋਸ਼ਿਸ਼ ਕਰਦਾ ਆਪ ਖੁਸ਼ ਰਹਿਣ ਦੀ ਤੇ ਆਪਦੇ ਆਂਢ ਗੁਆਂਢ ਆਲਾ ਦੁਆਲਾ ਸਾਰਾ ਖੁਸ਼ ਰੱਖਣ ਦੀ ਹਾਂਜੀ ਜਿਵੇਂ ਤੁਸੀਂ ਫਿਲਮ ਵਿੱਚ ਮਸਤੀ ਕਰਦੇ ਹੋ ਬਚਪਨ ਵਿੱਚ ਵੀ ਐਵੇਂ ਹੀ ਮਸਤੀਆਂ ਕਰਦੇ ਸੀ ਬਹੁਤ ਬਹੁਤ ਸ਼ਰਾਰਤਾਂ ਕੀਤੀਆਂ ਹੁਣ ਵੀ ਬਹੁਤ ਸ਼ਰਾਰਤੀਆਂ ਜੀ ਮੈਂ ਓਕੇ ਬਹੁਤ ਸ਼ਰਾਰਤਾਂ ਕੀਤੀਆਂ ਨੇ ਜ਼ਿੰਦਗੀ 'ਚ ਕੋਈ ਇੱਕ ਸ਼ਰਾਰਤ ਜਿਹੜੀ ਹੁਣ ਤੱਕ ਯਾਦ ਹੈ ਮੈਂ ਕਿਹੜਾ ਇੱਕ ਕੀਤੀ ਹੈ ਜੀ ਬਾਹਲੀਆਂ ਸ਼ਰਾਰਤਾਂ ਕੀਤੀਆਂ ਨੇ ਮੈਂ ਜਿਹੜੀ ਸੁਣਾਉਂਦਾ ਹੁੰਦਾ ਉਹ ਤਾਂ ਇੱਕ ਛੋਟੀ ਜਿਹੀ ਨਹੀਂ ਵੱਡੀ ਸ਼ਰਾਰਤ ਸੀ ਮੇਰੇ ਵਾਸਤੇ ਮੇਰੇ ਦਾਦਾ ਜੀ ਬਾਬਾ ਓਲਡ ਏਜ ਸੀਗੀ ਉਹਨਾਂ ਦੀ ਤੇ ਉਹ ਖੁੰਡੀ ਨਾਲ ਤੁਰਦੇ ਸੀਗੇ ਇੱਕ ਵਾਰੀ ਜਿੱਦਾਂ ਆਪਾਂ ਸਪੋਟਿੰਗ ਲਾਉਂਦੇ ਹੁੰਦੇ ਹਾਥੀ ਫੜਦੇ ਹੁੰਦੇ ਇੱਕ ਟੋਆ ਪੱਟ ਕੇ ਉੱਤੇ ਲੱਕੜਾਂ ਪਾ ਆਉਂਦੇ ਆ ਫਿਰ ਜਦੋਂ ਹਾਥੀ ਆਉਂਦਾ ਗਿਰ ਜਾਂਦਾ ਵਿੱਚ ਉਹ ਕਿਤੇ ਜ਼ਹਿਨ 'ਚ ਸੀਗੀ ਉਹ ਗੇਮ ਵੀ ਇੱਦਾਂ ਦੇ ਕਰਦੇ ਹੁੰਦੇ ਮੈਂ ਇੱਕ ਟੋਆ ਪੱਟਿਆ ਅਤੇ ਉਹ 'ਤੇ ਥੋੜ੍ਹੇ ਜਿਹੇ ਡੱਕੇ ਜਿਹੇ ਪਾ ਕੇ ਬੱਚਿਆਂ ਵਾਲੀ ਗੇਮ ਛੋਟਾ ਸੀਗਾ ਮੈਂ ਉੱਤੇ ਮਿੱਟੀ ਪਾਤੀ ਵੀ ਪਤਾ ਨਾ ਲੱਗੇ ਇੱਥੇ ਟੋਆ ਤਾਂ ਸਾਰਾ ਦਿਨ ਮੈਂ ਵੇਟ ਕਰਦਾ ਰਿਹਾ ਕੋਈ ਆਇਆ ਨਹੀਂ ਅਤੇ ਕੋਈ ਗਿਰੇ ਨਹੀਂ ਉਹ ਕਿਉਂਕਿ ਰੋਡ ਦੇ ਸਾਈਡ 'ਤੇ ਸੀਗਾ ਫਿਰ ਮੈਂ ਸ਼ਾਮ ਨੂੰ ਦਾਦਾ ਜੀ ਨੂੰ ਕਿਹਾ ਮੈਂ ਕਿਹਾ ਵੀ ਆਪਾਂ ਸੈਰ ਕਰਕੇ ਆਉਣੀ ਆ ਉਹਨਾਂ ਨੂੰ ਬੜਾ ਪਿਆਰ ਆਇਆ ਮੇਰੇ 'ਤੇ ਅਤੇ ਵੀ ਬੱਚਾ ਮੇਰਾ ਪੋਤਾ ਕਹਿ ਰਿਹਾ ਵੀ ਆਪਾਂ ਸੈਰ ਕਰਕੇ ਆਉਣੀ ਆ ਮੈਂ ਨਾਲ ਨਾਲ ਫੜਿਆ ਦਾਦਾ ਜੀ ਨੂੰ ਉਹਨਾਂ ਨੇ ਖੁੰਡੀ ਚੱਕੀ ਨਾਲ ਨਾਲ ਤੁਰਦੇ ਉਹ ਸਿੱਧਾ ਰੋਡ 'ਤੇ ਨੂੰ ਜਾਣ ਮੈਂ ਕਿਹਾ ਨਹੀਂ ਆਪਾਂ ਐਂ ਜਾਣਾ ਕਹਿੰਦੇ ਇੱਧਰ ਕਿਉਂ ਮੈਂ ਕਿਹਾ ਨਹੀਂ ਆਪਾਂ ਇੱਧਰ ਇੱਧਰ ਕੱਚੇ ਕੱਚੇ ਸੈਰ ਕਰਨੀਆਂ ਲਿਜਾ ਕੇ ਆਪਣੇ ਦਾਦਾ ਜੀ ਨੂੰ ਟੋਏ 'ਚ ਸਿੱਟਿਆ ਅਤੇ ਫਿਰ ਉਹਦੇ ਨੂੰ ਬਹੁਤ ਕੁੱਟ ਪਈ ਫਿਰ ਬਾਅਦ 'ਚ ਮੈਨੂੰ ਪਤਾ ਲੱਗਿਆ ਵੀ ਇੱਦਾਂ ਦੀਆਂ ਸ਼ਰਾਰਤਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਕਿਸੇ ਨੂੰ ਹਾਰਮ ਕਰਨ ਜਾਂ ਕਿਸੇ ਦੇ ਵੀ ਕਿਸੇ ਨੂੰ ਠੇਸ ਪਹੁੰਚਾਉਣ ਹੈ ਨਾ ਇੱਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਹਾਂਜੀ ਜੀ ਸੋ ਤੁਸੀਂ ਸਕੂਲ ਟਾਈਮ 'ਚ ਕਿਵੇਂ ਦੇ ਸਟੂਡੈਂਟ ਸੀ ਬੜਾ ਘੈਂਟ ਇੰਨਾ ਜ਼ਿਆਦਾ ਵਧੀਆ ਸਟੂਡੈਂਟ ਸੀ ਮੈਂ ਬੈਕ ਵੈਂਚਰ ਸੀਗਾ ਜੀ ਅਤੇ ਬੜੀ ਕੁੱਟ ਖਾਧੀ ਹਿੰਦੀ ਵਾਲੇ ਭੈਣ ਜੀ ਤੋਂ ਜੀ ਹਾਂ ਅਤੇ ਕੋਸ਼ਿਸ਼ ਕਰੀਦਾ ਸੀਗਾ ਜਦੋਂ ਹਿੰਦੀ ਵਾਲੇ ਭੈਣ ਜੀ ਦਾ ਪੀਰੀਅਡ ਆਉਂਦਾ ਸੀਗਾ ਵਿਲੋ ਕੇ ਜਾਣ ਵਾਲੇ ਸਿਰ ਨਹੀਂ ਲਗਾਉਂਦੇ ਹੁੰਦੇ ਫਿਰ ਉਹ ਵੀ ਲੱਭਦੇ ਹੁੰਦੇ ਚੱਲ ਚੱਲ ਤੂੰ ਸੁਣਾ ਇੱਦਾਂ ਦਾ ਸੀਗਾ ਜੀ ਓਕੇ ਕੋਈ ਤੁਹਾਡੀ ਬਚਪਨ ਦੀ ਗੰਦੀ ਆਦਤ ਹੈ ਜਿਹੜੀ ਤੁਹਾਨੂੰ ਹੁਣ ਤੱਕ ਹੈ ਤੇ ਹੁਣ ਤੱਕ ਘਰਦਿਆਂ ਤੋਂ ਗਾਲਾਂ ਪੈਂਦੀਆਂ ਨੇ ਗੰਦੀ ਆਦਤ ਕਰਦੇ ਤਾਂ ਹਰੇਕ ਗੱਲ ਤੋਂ ਗੰਦੀ ਆਦਤ ਇਹ ਸੀ ਵੀ ਪੜ੍ਹਨ ਵਾਲੇ ਪਾਸੇ ਜਿਹੜਾ ਸੀਗਾ ਉਹ ਸਿਲਸਿਲਾ ਥੋੜ੍ਹਾ ਜਿਹਾ ਉਹ ਸੀਗਾ ਜੀ ਕਿਉਂਕਿ ਜਦੋਂ ਕਹਿੰਦੇ ਹੁੰਦੇ ਸੀ ਵੀ ਟਿਊਸ਼ਨ 'ਤੇ ਜਾ ਟਿਊਸ਼ਨ ਤੋਂ ਬਾਅਦ ਘਰ ਆ ਕੇ ਪੜ੍ਹ ਜਿਹੜਾ ਇੱਕ ਟਾਈਮ ਹੁੰਦਾ ਸੀ ਬਕਾਇਦਾ ਤਾਂ ਉਹ ਪੜ੍ਹਨ ਲੱਗਣਾ ਤਾਂ ਨੀਂਦ ਆ ਜਾਣੀ ਜਦੋਂ ਕਿਤਾਬ ਮੂਹਰੇ ਰੱਖਦੇ ਨਾ ਸ਼ਾਮ ਨੂੰ ਕਿਉਂਕਿ ਬੋਰਨਵੀਟ ਵਾਲਾ ਦੁੱਧ ਨਾਲ ਚਮਨ ਪ੍ਰਾਸ਼ ਮਿਲਣਾ ਉਦੋਂ ਬਾਅਦ ਕਹਿੰਦੇ ਪੜ੍ਹ 11 ਵਜੇ ਤੱਕ ਪੜ੍ਹਨਾ ਬੇਟਾ ਫਿਰ ਉਹ ਕਿਤਾਬ ਦੇ ਉੱਤੇ ਸੁੱਤੇ ਪਏ ਹੁੰਦੇ ਸੀ ਤਾਂ ਉਹ ਬੁਰੀ ਆਦਤ ਸੀ ਨੀਂਦ ਆ ਜਾਂਦੀ ਸੀ ਹਰੇਕ ਬੱਚੇ ਨੂੰ ਪੜ੍ਹਨ ਲੱਗੇ ਮੇਰੇ ਖਿਆਲ ਨੀਂਦ ਆਉਂਦੀ ਹੋਣੀ ਤਾਂ ਉਹ ਹਰ ਇੱਕ ਬੱਚੇ ਨੂੰ ਹੁੰਦੀ ਆਦਤ ਪੈਂਦੀ ਸਹੀ ਗੱਲ ਆ ਤੁਹਾਡੀ ਮੋਮ ਨੂੰ ਤੁਹਾਡੀ ਕਿਹੜੀ ਆਦਤ ਨਹੀਂ ਪਸੰਦ ਹਾਂਜੀ ਤੁਹਾਡੀ ਮੋਮ ਨੂੰ ਕਿਹੜੀ ਆਦਤ ਨਹੀਂ ਪਸੰਦ ਤੁਹਾਡੀ ਨਹੀਂ ਮਾਂ ਬਾਪ ਨੂੰ ਤਾਂ ਹਰੇਕ ਬੱਚੇ ਦੀ ਸਾਰੀਆਂ ਆਦਤਾਂ ਪਸੰਦ ਹੁੰਦੀਆਂ ਨੇ ਜੀ ਪਰ ਆਹੀ ਪੜ੍ਹਾਈ ਵਾਲੀ ਸਿਸਟਮ ਸੀਗਾ ਜੀ ਮੇਰੇ ਖਿਆਲ ਉਹ ਨਹੀਂ ਉਹਨਾਂ ਨੂੰ ਪਸੰਦ ਹੋਣਾ ਜੀ ਵੀ ਉਦੋਂ ਜਦੋਂ ਅਸੀਂ ਕਿਹਾ ਸੀ ਉਦੋਂ ਅੱਛੇ ਤਰੀਕੇ ਨਾਲ ਨਹੀਂ ਪੜ੍ਹਿਆ ਜੀ ਮੇਰੇ ਖਿਆਲ ਉਦੋਂ ਇਹੀ ਹੋਣਾ ਹੈ ਹਾਂਜੀ ਤੇ ਤੁਸੀਂ ਇੰਨੇ ਸ਼ੂਟਸ ਐਂਡ ਪ੍ਰੋਮੋਸ਼ਨਸ ਦੇ ਬਾਅਦ ਵੀ ਤੁਸੀਂ ਆਪਣੀ ਡਾਟਰਸ ਦਿਲਨਾਜ਼ ਤੇ ਮੰਨਤ ਨਾਲ ਕਿੰਨਾ ਟਾਈਮ ਸਪੈਂਡ ਕਰਦੇ ਹੋ ਮੈਂ ਜਦੋਂ ਵੀ ਉਹਨਾਂ ਕੋਲੇ ਹੁਣ ਵੱਧ ਤੋਂ ਵੱਧ ਟਾਈਮ ਸਪੈਂਡ ਕਰਨ ਦੀ ਕੋਸ਼ਿਸ਼ ਕਰਦਾ ਉਹਨਾਂ ਕੋਲ ਵੀ ਉਹਨਾਂ ਦੇ ਨੇੜੇ ਹੀ ਰਹਾਂ ਵਧੀਆ ਟਾਈਮ ਸਪੈਂਡ ਕਰਦਾ ਜੀ ਫੈਮਿਲੀ ਟਾਈਮ ਬਹੁਤ ਮਿਲ ਜਾਂਦਾ ਕਿਉਂਕਿ ਜਿਹੜਾ ਸ਼ੂਟਿੰਗ ਡੇਟਸ ਹੁੰਦੀਆਂ ਨੇ ਉਹ ਤਾਂ 30 ਦਿਨ ਮੈਕਸੀਮਮ 35 ਦਿਨ ਜੀ ਪਰ ਜ਼ਿਆਦਾ ਅਸੀਂ ਇਕੱਠੇ ਰਹੀਦਾ ਜਦੋਂ ਇਕੱਠੇ ਰਹੀਦਾ ਫਿਰ ਪੂਰਾ ਫੈਮਿਲੀ ਟਾਈਮ ਹੀ ਹੁੰਦਾ ਜੀ ਫਿਰ ਸਾਰਾ ਜਿਹੜਾ ਤੁਹਾਡਾ ਮੋਬਾਈਲ ਹੁੰਦਾ ਉਹਨੂੰ ਸਾਈਡ 'ਤੇ ਰੱਖ ਦਿੰਦਾ ਜੀ ਪੂਰਾ ਫੈਮਿਲੀ ਨਾਲ ਸਮਾਂ ਬਿਤਾਉਣਾ ਜੀ ਓਕੇ
ਓਬਵੀਅਸਲੀ ਮੂਵੀ ਜੀ ਮੂਵੀ ਤੇ ਸ਼ੌਹਰਤ ਪੈਸਾ ਸਾਰਾ ਕੁਝ ਜ਼ਿਆਦਾ ਹੈ ਇੱਕ ਮੂਵੀ ਕਰਨ ਨਾਲ ਕਰੋੜਾਂ ਲੋਕ ਦੇਖ ਲੈਂਦੇ ਆ ਪਰ ਜਿਹੜੀ ਰੂਹ ਦੀ ਖੁਰਾਕ ਹੈ ਉਹ ਥੀਏਟਰ ਹੈ ਜੀ ਕਿਉਂਕਿ ਥੀਏਟਰ ਨੇ ਮੈਨੂੰ ਸਾਰਾ ਕੁਝ ਦਿੱਤਾ ਜੀ ਓਕੇ ਤੁਹਾਨੂੰ 네ਗੇਟਿਵ ਕੈਰੈਕਟਰਸ ਕਰਨਾ ਪਸੰਦ ਹੈ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਨੂੰ 네ਗੇਟਿਵ ਕੈਰੈਕਟਰ ਕਰਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਮੈਨੂੰ ਐਂ ਲੱਗਦਾ ਵੀ ਹਾਂ ਮੈਂ ਈਜ਼ੀਲੀ ਕਰ ਲੈਂਦਾ ਹਾਂ ਹਾਂਜੀ ਐਫਰਟ ਨਹੀਂ ਲਾਉਣੀ ਪੈਂਦੀ ਓਕੇ ਜੇ ਬਾਲੀਵੁੱਡ ਵਿੱਚ ਕਿਸੇ 네ਗੇਟਿਵ ਕੈਰੈਕਟਰ ਦਾ ਰੀਮੇਕ ਕੀਤਾ ਜਾਵੇ ਕਿਹੜਾ ਕਰੋਗੇ ਮੈਨੂੰ 네ਗੇਟਿਵ ਕੈਰੈਕਟਰ ਮੈਨੂੰ ਜ਼ਿਆਦਾ ਵਧੀਆ ਲੱਗਦੇ ਨੇ ਪ੍ਰੇਸ਼ ਰਾਵਲ ਜੀ ਉਹ ਹਰੇਕ ਤਰ੍ਹਾਂ ਦਾ ਕੈਰੈਕਟਰ ਕਰ ਰਹੇ ਹੋ ਕਮੇਡੀ ਵੀ ਕਰਦੇ ਨੇ ਤੇ ਖਲਨਾਇਕ ਦਾ ਵੀ ਬੜਾ ਅੱਛਾ ਕਰਦੇ ਨੇ ਜੀ ਬਹੁਤ ਵਧੀਆ ਲੱਗਦਾ ਮੈਨੂੰ ਹਾਂਜੀ ਓਕੇ ਹਾਜ਼ਰ ਜਵਾਬੀ ਵਿੱਚ ਕੌਣ ਤੁਹਾਨੂੰ ਵਧੀਆ ਲੱਗਦਾ ਹੈ ਗੁਰਪ੍ਰੀਤ ਘੁੱਗੀ ਜਸਵਿੰਦਰ ਪੱਲਾ ਬੀ ਐਨ ਸ਼ਰਮਾ ਜੀ ਬਿਨੂ ਢਿੱਲੋਂ ਜੀ ਓਕੇ ਬੇ ਸਮਾਰਟ ਆਨਸਰ ਫਨ ਦੇ ਆਪਣੇ ਆਪਣੇ ਮਾਹਰ ਨੇ ਜੀ ਸਭ ਤੋਂ ਵਧੀਆ ਸਾਰਿਆਂ ਦੀ ਟਾਈਮਿੰਗ ਬਾ ਕਮਾਲ ਹੈ ਜੀ ਮੇਰੇ ਸੀਨੀਅਰ ਨੇ ਗੁਰਪ੍ਰੀਤ ਘੁੱਗੀ ਸਾਹਿਬ ਕਿੰਨੇ ਵਧੀਆ ਫਨਕਾਰ ਨੇ ਜਸਵਿੰਦਰ ਭੱਲਾ ਸਾਹਿਬ ਉਹਨਾਂ ਦੀ ਟਾਈਮਿੰਗ ਬਹੁਤ ਕਮਾਲ ਹੈ ਜੀ ਬੀ ਐਨ ਸ਼ਰਮਾ ਸਾਹਿਬ ਸਲਿਊਟ ਹੈ ਇਹਨਾਂ ਤਿੰਨਾਂ ਨੂੰ ਜੀ ਹਾਂਜੀ ਸਾਰੇ ਸਿੰਗਰਸ ਐਕਟਰ ਬਣ ਗਏ ਤੁਸੀਂ ਸਿੰਗਰ ਕਦੋਂ ਬਣੋਗੇ ਇੰਨੀ ਘੈਂਟ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਸਾਡੇ ਇੰਡਸਟਰੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਸਾਰੇ ਸਿੰਗਰਸ ਕਿਉਂਕਿ ਫੈਨ ਫੋਲੋਇੰਗ ਬਹੁਤ ਜ਼ਿਆਦਾ ਹੁੰਦੀ ਹੈ ਸਾਰਿਆਂ ਦੀ ਜੀ ਅਤੇ ਬਹੁਤ ਵਧੀਆ ਗੱਲ ਹੈ ਮੈਂ ਸਿੰਗਰ ਮੈਂ ਜਦੋਂ ਭੰਗੜਾ ਪਾਉਂਦਾ ਸੀ ਤਾਂ ਬੋਲੀਆਂ ਵਾਲੀਆਂ ਪਾਉਂਦਾ ਹੁੰਦਾ ਸੀਗਾ ਜੀ ਪਰ ਉੱਦਾਂ ਸਿੰਗਰ ਕਿਉਂਕਿ ਸਾਰਿਆਂ ਨੂੰ ਪਤਾ ਮੇਰੀ ਆਵਾਜ਼ ਕਿੱਦਾਂ ਦੀ ਹੈ ਮੈਂ ਸਿੰਗਰ ਨਹੀਂ ਬਣ ਸਕਦਾ ਪਰ ਨਾ ਮੈਂ ਕਦੇ ਟਰਾਈ ਕੀਤਾ ਜੀ ਬਾਥਰੂਮ ਸਿੰਗਰ ਬਾਥਰੂਮ ਹਾਂ ਗੁਣਗੁਣਾਉਂਦਾ ਰਹਿੰਦਾ ਸਾਰੇ ਬੰਦੇ ਗੁਣਗੁਣਾਉਂਦੇ ਰਹਿੰਦੇ ਆ ਜੀ ਹਾਂਜੀ ਕੁਛ ਕਿਹੜਾ ਫੇਵਰੇਟ ਸੌਂਗ ਹੈ ਕਿਹੜਾ ਗਾਉਂਦੇ ਹੋ ਹਮੇਸ਼ਾ ਮੈਂ ਜ਼ਿਆਦਾ ਗਾਉਂਦਾ ਹੁੰਦਾ ਸੀਗਾ ਜੀ ਉੱਥੇ ਅਮਲਾਂ ਦੇ ਹੁਣੇ ਨੇ ਨਵੇੜੇ ਕਿਸੇ ਨਾ ਤੇਰੀ ਜ਼ਾਤ ਪੁੱਛਣੀ ਓਕੇ ਜੀ ਨੁਸਰਤ ਫਤਿਹ ਅਲੀ ਸਾਹਿਬ ਦਾ ਹਾਂਜੀ 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 ਤੇ ਹੁਣ ਤੱਕ ਤੁਹਾਡੀ ਆਈ ਸਾਰੇ ਫਿਲਮਾਂ ਵਿੱਚੋਂ ਤੁਹਾਡੀ ਫੇਵਰੇਟ ਕਿਹੜੀ ਫਿਲਮ ਹੈ ਆਈਆਂ ਹੋਈਆਂ ਫਿਲਮਾਂ ਵਿੱਚੋਂ ਸਾਰੀ ਮੈਨੂੰ ਬੰਬੂ ਘਾਟ ਬੜੀ ਵਧੀਆ ਲੱਗਦੀ ਹੈ ਕੈਰੀ ਓਨ ਜੱਟਾ ਬੜੀ ਵਧੀਆ ਲੱਗਦੀ ਹੈ ਜੀ ਮਿਸਟਰ ਐਂਡ ਮਿਸਿਸ 420 ਬੜੀ ਵਧੀਆ ਲੱਗਦੀ ਹੈ ਜੀ ਹਾਂਜੀ ਤੇ ਸਾਰੀਆਂ ਫਿਲਮਾਂ ਆਪਣੇ ਵੱਲੋਂ ਤਾਂ ਜਿਨ੍ਹਾਂ ਨੇ ਵਰਕ ਕੀਤਾ ਜੀ ਉਹ ਫਿਲਮਾਂ ਵਧੀਆ ਲੱਗਦੀਆਂ ਹੁੰਦੀਆਂ ਨੇ ਵੀ ਹਾਂ ਆਡੀਅੰਸ ਨੇ ਸਤਿਕਾਰੀਆਂ ਪਿਆਰ ਦਿੱਤਾ ਉਹਨਾਂ ਸਾਰੀਆਂ ਨੂੰ ਜੀ ਕਾਲਾ ਸ਼ਾਹ ਕਾਲਾ ਹਾਂਜੀ ਕਾਟੋ ਕਾਤੋ ਜਾਂ ਕਾਲਾ ਕੋਟ ਤੁਸੀਂ ਤਾਂ ਸੀਰੀਅਸ ਹੀ ਲੈ ਗਏ ਇਹਨਾਂ ਵਿੱਚੋਂ ਤੁਹਾਡਾ ਫੇਵਰੇਟ ਵਨ ਲਾਈਨਰ ਕਿਹੜਾ ਹੈ ਤਿੰਨੀ ਫੇਵਰੇਟ ਨੇ ਜੀ ਕਾਟੋ ਕਾਤੋ ਤੁਸੀਂ ਸੀਰੀਅਸ ਹੀ ਲੈ ਗਏ ਓਕੇ ਕਿਸ ਤਰ੍ਹਾਂ ਦਾ ਕੈਰੈਕਟਰ ਕਰਨਾ ਤੁਹਾਨੂੰ ਜ਼ਿਆਦਾ ਕੰਫਰਟੇਬਲ ਲੱਗਦਾ ਹੈ ਰੀਅਲਿਸਟਿਕ ਜਿਹੜੇ ਕਰੈਕਟਰ ਨੇ ਉਹ ਵਧੀਆ ਲੱਗਦੇ ਨੇ ਜਿਵੇਂ ਜਿਹੜਾ ਨੋਰਮਲ ਬੰਦਾ ਜਾਣ ਦੀ ਪਤਾ ਨਾ ਲੱਗੇ ਵੀ ਐਕਟਿੰਗ ਕਰ ਰਿਹਾ ਹੈ ਨਾ ਉਹ ਥੋੜ੍ਹਾ ਜਿਹਾ ਸਾਡੇ ਕਿਉਂਕਿ ਜਦੋਂ ਕਮੇਡੀ ਕਰਦੇ ਹਾਂ ਤਾਂ ਇਸ ਲਿਟਲ ਬਿਟ ਜਾਣ ਦੀ ਮੈਲੋ ਡਰਾਮਾ ਹੈਗਾ ਉਹਦੇ ਨਾਲ ਰਿਲੇਟ ਕਰਦੇ ਨੇ ਥੋੜ੍ਹੇ ਲਾਊਡਰ ਹੁੰਦੇ ਹਾਂ ਅਸੀਂ ਹਾਂਜੀ ਪਰ ਫਿਰ ਵੀ ਐਂ ਲੱਗਦਾ ਵੀ ਨੈਚੁਰਲ ਜਿਹੜਾ ਕਰੀਏ ਤਾਂ ਵਧੀਆ ਲੱਗੂਗਾ ਜੀ ਆਪਣੇ ਆਪ ਨੂੰ ਓਕੇ ਫੇਵਰੇਟਸ ਆਫ ਬੀਨੂ ਢਿੱਲੋਂ ਫੇਵਰੇਟ ਐਕਟਰ ਮੈਂ ਦੱਸਿਆ ਜੀ ਪ੍ਰੇਸ਼ ਰਾਵਲ ਜੀ ਮੈਨੂੰ ਬਹੁਤ ਵਧੀਆ ਲੱਗਦੇ ਨੇ ਜੀ ਹਾਂਜੀ ਅਤੇ ਆਮਿਰ ਖਾਨ ਸਾਹਿਬ ਬਹੁਤ ਵਧੀਆ ਲੱਗਦੇ ਨੇ ਨਵਾਜ਼ੁਦੀਨ ਸਦੀਕੀ ਸਾਹਿਬ ਬਹੁਤ ਵਧੀਆ ਲੱਗਦੇ ਨੇ ਓਮਪੁਰੀ ਸਾਹਿਬ ਬਹੁਤ ਵਧੀਆ ਲੱਗਦੇ ਸੀਗੇ ਜੀ ਅਤੇ ਅਮਰੀਸ਼ ਪੁਰੀ ਸਾਹਿਬ ਫੇਵਰੇਟ ਸਿੰਗਰ ਫੇਵਰੇਟ ਸਿੰਗਰ ਨੁਸਰਤ ਫਤਿਹ ਅਲੀ ਖਾਨ ਸਾਹਿਬ ਮੈਂ ਬਹੁਤ ਸੁਣਦਾ ਜੀ ਗੁਰਦਾਸ ਮਾਨ ਸਾਹਿਬ ਨੂੰ ਬਹੁਤ ਸੁਣਦਾ ਜੀ ਮੈਨੂੰ ਵਧੀਆ ਲੱਗਦੇ ਨੇ ਫੇਵਰੇਟ ਡਾਇਰੈਕਟਰ ਸੁਨੀਪ ਕੰਗ ਸਾਹਿਬ ਓਕੇ ਫੇਵਰੇਟ ਕਮੇਡੀਅਨ ਬਿਨੂ ਢਿੱਲੋਂ ਉਹ ਤਾਂ ਸਾਰਿਆਂ ਦੇ ਫੇਵਰੇਟ ਆ ਨਹੀਂ 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 ਚਲੋ ਪਰ ਪ੍ਰੇਸ਼ ਰਾਵਲ ਜੀ ਓਬਵੀਅਸਲੀ ਮੈਨੂੰ ਬਹੁਤ ਵਧੀਆ ਲੱਗਦੇ ਓਕੇ ਹੁਣ ਤੁਸੀਂ ਇੱਕ ਚੂਜ਼ ਕਰ ਰਹੇ ਕੈਰੀ ਓਨ ਜੱਟਾ ਔਰ ਬੈਂਡ ਵਾਜੇ ਮੈਂ ਬੈਂਡ ਵਾਜੇ ਯੂਜ਼ ਕਰੂੰਗਾ ਜੀ ਓਕੇ ਕਾਲਾ ਸ਼ਾਹ ਕਾਲਾ ਵਧਾਈਆਂ ਜੀ ਵਧਾਈਆਂ ਕਾਲਾ ਸ਼ਾਹ ਕਾਲਾ ਇੰਸਟਾਗ੍ਰਾਮ ਜਾਂ ਫੇਸਬੁੱਕ ਨਹੀਂ ਮੈਨੂੰ ਸੋਸ਼ਲ ਮੀਡੀਆ ਆਪ ਜਿਹੜਾ ਮੈਂ ਆਪ ਹੱਥ ਪਲਾਈ ਮਾਰਨਾ ਮੈਨੂੰ ਬਿਲਕੁਲ ਪਸੰਦ ਨਹੀਂ ਜੀ ਓਕੇ ਵੈਜ ਔਰ ਨਾਨ ਵੈਜ ਵੈਜ 'ਚ ਜ਼ਿਆਦਾ ਮਜ਼ਾ ਜੀ ਵੈਸੇ ਨਾਨ ਵੈਜ ਕਦੇ ਕਦੇ ਖਾ ਲੈਣਾ ਚਾਹੀਦਾ ਓਕੇ ਚਲੋ ਨਵਾਜ਼ੁਦੀਨ ਸਿੱਦਕੀ ਔਰ ਨਸੀਰੁਦੀਨ ਸ਼ਾਹ ਦੋਨੇ ਕਮਾਲ ਦੇ ਦੋਨਾਂ ਨੂੰ ਸਲਿਊਟ ਹੈ ਜੀ ਕ੍ਰਿਕਟ ਔਰ ਕਬੱਡੀ ਕ੍ਰਿਕਟ ਖੇਡਣਾ ਉਹ ਥੋੜ੍ਹਾ ਜਿਹਾ ਕਿਉਂਕਿ ਇਕੱਲੇ ਬੰਦੇ ਨੇ ਖੜਾਉਣਾ ਦੋ ਕਿੰਨੇ ਜਾਣੇ ਤੁਹਾਡੇ ਆਲੇ ਦੁਆਲੇ ਲੱਗੇ ਹੁੰਦੇ ਨੇ ਉਹ ਫੀਲ ਵੀ ਜ਼ਿਆਦਾ ਵਧੀਆ ਹੁੰਦਾ ਪਰ ਕਬੱਡੀ ਹਾਂਜੀ ਮੈਂਡੀ ਟੱਕਰ ਔਰ ਸਰਗੁਣ ਮਹਿਤਾ ਮੈਂਡੀ ਟੱਕਰ ਅਤੇ ਸਰਗੁਣ ਮਹਿਤਾ ਮੈਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਕਿਉਂਕਿ ਸਾਰੇ ਮੈਂ ਦੱਸਿਆ ਵੀ ਸਾਰੇ ਫੇਵਰੇਟ ਨੇ ਮੇਰੇ ਔਰ ਸਾਰਿਆਂ ਦੇ ਲਈ ਮੇਰੇ ਦਿਲ 'ਚ ਬਹੁਤ ਜ਼ਿਆਦਾ ਸਤਿਕਾਰ ਹੈ ਜੀ ਹਾਂਜੀ ਜੀ ਚਲੋ ਥੈਂਕ ਯੂ ਸੋ ਮੱਚ ਬਿਨੂ ਤੁਹਾਡੇ ਨਾਲ ਕਰਕੇ ਬਹੁਤ ਮਜ਼ਾ ਆਇਆ ਤੇ ਤੁਹਾਡੀ ਆਉਣ ਵਾਲੀ ਫਿਲਮ ਲਈ ਬੈਸਟ ਆਫ ਲੱਕ ਥੈਂਕ ਯੂ ਸੋ ਮੱਚ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਥੈਂਕ ਯੂ ਸੋ ਮੱਚ ਟੇਕ ਕੇਅਰ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਹਾਂਜੀ ਆ ਗਏ ਆਪਾਂ ਇੱਦਾਂ ਕਰਦੇ ਹਾਂ